ਸ਼ੂਟਰਸ ਜਿਹੜੇ ਆਉਂਦੇ ਨੇ ਆਲ ਓਵਰ ਇੰਡੀਆ ਤੋਂ ਆਉਂਦੇ ਨੇ ਹੈ ਨਾ, ਕੋਈ ਏਜ ਦਾ ਕੋਈ ਉਹ ਨਹੀਂ ਹੈਗਾ, ਜਿਵੇਂ ਆਪਾਂ ਕਹਿ ਦਈਏ ਤੁਸੀਂ ਦੇਖੋ ਕਿ ਬੜੀ ਯੰਗ ਗਰਲ ਜਿਨ੍ਹਾਂ ਨੇ ਸਟਾਰਟ ਕੀਤਾ, ਆਪਣੇ ਪੇਰੈਂਟਸ ਨੂੰ ਦੇਖ ਕੇ, ਪੇਰੈਂਟਸ ਉਹਨਾਂ ਦੇ ਰੋਲ ਮਾਡਲ ਨੇ, ਉਹਨਾਂ ਨੂੰ ਸਟਾਰਟ ਕੀਤਾ, ਫਿਰ ਤੁਸੀਂ ਦੇਖੋ ਕਿ ਇੱਥੇ 45-50 ਈਅਰਸ ਦੇ ਵੀ ਸਾਡੇ ਕੋਲ ਸ਼ੂਟਰਸ ਆ ਰਹੇ ਨੇ ਔਰ ਸਾਰਿਆਂ ਦਾ ਬੜਾ ਅੱਛਾ ਐਕਸਪੀਰੀਅੰਸ। ਉਹ ਖੁਦ ਦੱਸਦੇ ਨੇ ਕਿ ਇੱਦਾਂ ਦੀ ਸ਼ੂਟਿੰਗ ਰੇਂਜ ਉਹਨਾਂ ਨੇ ਪੂਰੀ ਇੰਡੀਆ 'ਚ ਕਿਤੇ ਵੀ ਨਹੀਂ ਦੇਖੀ ਹੈਗੀ। ਇਹ ਜਿਹੜੀ ਗੇਮ ਹੈ ਨਾ ਪ੍ਰੈਕਟਿਸ ਦੀ ਆ, ਜਿੰਨਾ ਤੁਸੀਂ ਪ੍ਰੈਕਟਿਸ ਕਰੋਗੇ ਹੈ ਨਾ ਉਨਾ ਜ਼ਿਆਦਾ ਤੁਸੀਂ ਇਹਦੇ ਵਿੱਚ ਕਹਿੰਦੇ ਨੇ ਸਕਸੈਸ ਹੁੰਦੇ ਜਾਓਗੇ। ਅੱਜ ਜਿਸ ਤਰ੍ਹਾਂ ਪ੍ਰਾਈਜ਼ ਡਿਸਟ੍ਰੀਬਿਊਸ਼ਨ ਵੀ ਹੈ ਨਾ, ਜਿਸ ਤਰ੍ਹਾਂ ਸਾਡੇ ਕੋਲ ਟ੍ਰੈਪ, ਡਬਲ ਟ੍ਰੈਪ, ਸਕੀਟ, ਤਿੰਨ ਤਰ੍ਹਾਂ ਦੀ ਆਪਣੇ ਕੋਲ ਹੈਗੇ ਨੇ, ਤਾਂ ਸਾਰੇ ਜਿਹੜੇ ਸ਼ੂਟਰਸ ਨੇ ਉਹ ਆਪਣੀ ਗੇਮਸ ਨੂੰ ਇੰਜੋਏ ਕਰਦੇ ਨੇ। ਕਿੱਦਾਂ ਦਾ ਐਕਸਪੀਰੀਅੰਸ ਤੁਹਾਡਾ ਰਿਹਾ? ਬਹੁਤ ਵਧੀਆ ਰਿਹਾ ਇੱਥੇ, ਮਤਲਬ ਕਿ ਬਿਲਕੁਲ ਯੂਨੀਕ ਇਹਨਾਂ ਨੇ ਬਣਾਈ ਹੈ ਰੇਂਜ ਆਪਣੀ, ਅਤੇ ਮਤਲਬ ਦਿੱਲੀ ਤੋਂ ਵੀ ਮੇਰੇ ਸਾਹਮਣੇ ਤਾਂ ਵਧੀਆ ਹੀ ਹੈ ਫਿਲਹਾਲ, ਦਿੱਲੀ ਨਾਲੋਂ ਵੀ ਵਧੀਆ। ਬਿਲਕੁਲ ਬਿਲਕੁਲ, ਮੈਂ ਟ੍ਰੈਪ ਸ਼ੂਟਰ ਹੈਗਾ, ਲਾਸਟ 7 ਈਅਰ ਤੋਂ ਮੈਂ ਨੈਸ਼ਨਲ ਪਲੇਅਰ ਹੈਗਾ। ਹਾਂਜੀ ਹਾਂਜੀ, ਅਤੇ ਟ੍ਰੈਪ ਸ਼ੂਟਿੰਗ 'ਚ ਹੈਗਾ। ਨਹੀਂ ਦੇਖੋ ਜੀ, ਇਸ ਅਸਲਾ ਰੱਖਣਾ ਇੱਕ ਡਿਫਰੈਂਟ ਚੀਜ਼ ਹੈਗੀ ਹੈ, ਲੇਕਿਨ ਇੱਕ ਸਪੋਰਟਸ ਪਰਸਨ ਦੇ ਅਕੋਰਡਿੰਗ ਜਿਹਦੇ ਅੰਦਰ ਸਪੋਰਟਸ ਹੈਗਾ ਉਹੀਓ ਮਤਲਬ ਕੀ ਆਏਗਾ ਇਹਦੇ 'ਚ, ਐਂ ਨਹੀਂ ਕਿ ਅਸਲੇ ਦਾ ਸ਼ੌਕੀਨ ਅਤੇ ਸ਼ੂਟਿੰਗ ਕਰ ਲਏਗਾ। ऐसी स्पोर्ट है कि इसको कभी भी आप शुरू कर सकते हैं, कभी भी शुरू कर सकते हैं, किसी भी एज, किसी भी एज पे कोई वो नहीं है मैम, ये शौक है, मतलब एक कि भाई आप कभी, आपका ये शौक कभी भी जाके डेवलप होया थोनू इस स्पोर्ट दा, शूटिंग स्पोर्ट दा शौक? मैम ऐसे ही मैं एक दो बार गया था देखने, नाहन में स्टेट होता था, तो वहां गया था मैं देखने, तो वहां से वैसे ही शौक जाग गया। मैम वहां कुछ भी नहीं है, तभी हमारे को शिमला से बाहर आना पड़ता है। जी जी, ना हमारे पास कोई रेंज है ना। शिमला एक है जी जगह जिसनों हर कोई आपदा लाइफ टाइम च देखना चाहता है ना, एक बारी विजिट करना चाहता है, और तुसी कह रहे हो कि शिमला दे विच ही थोड़े कोल उथे रेंज नहीं है? नहीं नहीं जी, वहां पे कोई इस तरह का कोई इंतजाम नहीं है, कोई प्रबंध नहीं, पूरे हिमाचल दे विच ही रेंज नहीं है? नहीं है मैम, कहीं नहीं। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਨਿਊਜ਼, ਮੈਂ ਹਾਂ ਤੁਹਾਡੇ ਨਾਲ ਆਕਾਂਕਸ਼ਾ। ਤੁਸੀਂ ਸੁਣਿਆ ਹੀ ਹੋਣਾ ਕਿ ਬਠਿੰਡੇ ਦੇ ਜਿਹੜੇ ਲੋਕ ਨੇ ਉਹ ਰਫਲਾ ਰੱਖਣ ਦੇ ਸ਼ੌਕੀਨ ਨੇ, ਔਰ ਬਠਿੰਡਾ ਨੂੰ ਸਿਟੀ ਆਫ ਗਨਸ ਅਤੇ ਗੱਡਸ ਵੀ ਆਖਿਆ ਜਾਂਦਾ ਹੈ। ਇਸ ਵੇਲੇ ਮੈਂ ਭਾਈ ਦਵਿੰਦਰ ਸਿੰਘ ਗਨ ਕਲੱਬ ਹਾਊਸ ਵਿਖੇ ਮੌਜੂਦ ਹਾਂ, ਜਿੱਥੇ ਕਿ 43rd ਨੌਰਥ ਜ਼ੋਨ ਸ਼ੂਟਿੰਗ ਚੈਂਪੀਅਨਸ਼ਿਪ ਜਿਹੜੀ ਹੈਗੀ ਹੈ ਉਸਦੇ ਟੂਰਨਾਮੈਂਟ ਚੱਲ ਰਹੇ ਨੇ। ਵਾਈਲ ਸਾਡੇ ਪਿੱਛੇ ਮੈਚ ਚੱਲ ਰਿਹਾ ਹੈਗਾ, ਸਾਡੇ ਪਿੱਛੇ ਸ਼ੂਟਰਸ ਜਿਹੜੇ ਨੇ ਉਹ ਸ਼ੂਟਿੰਗ ਕਰ ਰਹੇ ਨੇ, ਅਸੀਂ ਮੀਨਵਾਈਲ ਸਾਡੇ ਨਾਲ ਇੱਕ ਬੜੀ ਯੰਗ ਸ਼ੂਟਰ ਇੱਥੇ ਮੌਜੂਦ ਹੈ ਅਤੇ ਉਹਨਾਂ ਦੇ ਮਦਰ ਜੋ ਕਿ ਖੁਦ ਵੀ ਇੱਕ ਸ਼ੂਟਰ ਨੇ, ਉਹਨਾਂ ਨਾਲ ਗੱਲਬਾਤ ਕਰ ਲੈਂਦੇ। ਮੈਂ ਦੱਸ ਦਿੰਦੀ ਹਾਂ ਕਿ ਇਹ ਨੌਰਥ ਜ਼ੋਨ ਦੀਆਂ ਗੇਮਸ ਜਿਹੜੀਆਂ ਨੇ 20 ਤਰੀਕ ਤੋਂ ਲੈ ਕੇ 25 ਤਰੀਕ ਤੋਂ ਜਿਹੜਾ ਹੈਗਾ 25 ਤਰੀਕ ਤੱਕ ਚੱਲ ਰਹੀਆਂ ਨੇ, ਔਰ ਇਸ ਦੇ ਵਿੱਚ ਪੂਰੇ ਨੌਰਥ ਇੰਡੀਆ ਤੋਂ ਜਿਹੜੇ ਸ਼ੂਟਰਸ ਨੇ, ਨਾਮੀ ਸ਼ੂਟਰਸ ਨੇ, ਉਹ ਇੱਥੇ ਆਏ ਹੋਏ ਨੇ। ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ, ਸਾਡੇ ਨਾਲ ਇਸ ਗਨ ਕਲੱਬ ਦੇ ਮੈਨੇਜਰ ਸਾਹਿਬ ਵੀ ਮੌਜੂਦ ਨੇ, ਅਨਾਮਿਕਾ ਸੰਧੂ ਜੀ। ਫਸਟ ਆਫ ਆਲ ਮੈਨੀ ਕੰਗਰੈਚੁਲੇਸ਼ਨਸ, ਐਂਡ ਤੁਹਾਡੀ ਜਿਹੜੀ ਬੇਟੀ ਹੈ ਉਹ ਬੜੀ ਯੰਗ ਸ਼ੂਟਰ ਹੈ, ਮੈਂ ਦੇਖ ਰਹੀ ਹਾਂ ਜਿੰਨੇ ਵੀ ਸ਼ੂਟਰਸ ਇੱਥੇ ਆਏ ਨੇ ਸਭ ਤੋਂ ਯੰਗ ਹੈ ਤੁਹਾਡੀ ਬੇਟੀ, ਤੁਸੀਂ ਆਪਣਾ ਨਾਮ ਦੱਸੋ ਪਹਿਲਾਂ। ਜੀ, ਮੇਰਾ ਨਾਮ ਅਨੂਜਾ ਜੰਗ ਹੈ, ਦਿੱਲੀ ਸੇ ਆਏ ਹੈ। ਜੀ ਜੀ ਜੀ, ਤੋ ਆਪ ਵੀ ਖੁਦ ਸ਼ੂਟਰ ਹੈ ਮੈਮ? ਜੀ, ਮੈਂ ਸਮਾਲ ਵਰਕ ਕਰਦੀ ਹਾਂ, ਰਾਈਫਲ ਸ਼ੂਟਿੰਗ ਮੈਂ 2006 ਕਾਮਨਵੈਲਥ ਗੇਮਸ ਕੀ ਗੋਲਡ ਮੈਡਲਿਸਟ ਹੂੰ, ਔਰ ਕਾਫੀ ਸਾਲੋਂ ਸੇ ਕਰ ਰਹੀ ਹਾਂ ਕਾਮਨਵੈਲਥ ਗੇਮਸ ਗੋਲਡ ਮੈਡਲ। ਜੀ, ਕਿਆ ਬਾਤ ਹੈ। अच्छा, बेटी को इस गेम में डालने का मतलब कैसे आइडिया आया? आप खुद शूटिंग में हो, आप बता रहे थे आपके हस्बैंड भी शूटिंग में है ना, सो इसलिए मतलब बच्चे का खुद का इंटरेस्ट था या आपने बच्चे को इंस्पायर किया, मोटिवेट किया? मेरे ख्याल से हम दोनों भी शूटिंग में होने की वजह से, घर में माहौल तो शूटिंग का था ही, शूटिंग के बाद तो सौरभ ने भी कुछ साल पहले राइफल शूटिंग करा है उसने 3 सालों तक, उसमें उतना मज़ा नहीं आया, फिर शी टुक अ गैप, थोड़ा एडुकेशन कर रही थी, ग्रेजुएशन किया जी जी। फिर अभी वापस आई तो थोड़ा शॉटगन शूटिंग ट्राई किया और अभी उसको मज़ा आ रहा है, तो वी आर होपिंग दैट शी कैन डू वेल इन दिस। हाय सौरवी, कैसे हो आप? मैं ठीक हूँ। कैसा लग रहा है बठिंडा में आके, इस रेंज पे आके? आपको पहले तो मैं रेंज के बारे में पूछना चाहूंगी, कैसी लगी रेंज आपको? काफी अच्छी है, वर्ल्ड क्लास है। बिल्कुल, रियली? जी। अच्छा, इससे पहले कहाँ, कौन कौन सी रेंज पे आप जा चुकी हो, जाकर शूट कर चुकी हो शूटिंग? मैं दिल्ली में ट्रेन करती हूँ डॉक्टर करनी सिंह शूटिंग रेंज पे, एंड वो तो है, एंड आई वेंट टू पटियाला फॉर इंडिया ओपन। सो बठिंडा आप पहली बार आए हो? जी। हाउ इज द एक्सपीरियंस? इट्स गुड, रॉयल, वेरी गुड।
बिल्कुल। तो मैं थोड़ा एक बार फिर तो दस दिनी हाँ कि भाई दविंदर सिंह सिद्धू गन क्लब हाउस के वलों ये लैविश जी शूटिंग रेंज है बनाई गई है, और इसके अलावा पंजाब राइफल शूटिंग एसोसीएशन नैशनल राइफल एसोसीएशन के ये उपराले के नाल जड़ा है इन एसोसीएशन ऑफ दीज बोथ यू नो एसोसीएशन मेन एसोसीएशन जड़ा है ये इतने गेम्स चल रही ने शूटिंग गेम्स चल रही ने, और असी मैं दोबारा थोड़े को आनी हाँ सौरवी तुम कदों कदों तो स्टार्ट की गेम खेलनी है? मैंने 4 महीने पहले शॉटगन स्टार्ट किया था। 4 महीने हुए अभी सिर्फ जी, और आप मतलब यहाँ पे खेलने आ गए हो नेशनल के लिए क्वालिफाई करने के लिए? इन द होप्स यस। क्या बात है, मतलब कॉन्फिडेंस देखो कुड़ी दा, 4 महीने पहला इन्होंने शूटिंग जी शुरू की है, और हुन जिस तरह ये जो भी जो शूटर्स ने वह जित जाएंगे क्वालीफाई कर जाएंगे इस गेम नू नैशनल दे लई जिहड़ा हैगा अगे जाके खेडणगे। अच्छा, क्या गोल है आपका शूटिंग में, कहाँ तक जाने का आपका सपना है? जो सबका होता है पापा के बारे में भी बताइए, क्योंकि मैम बता रहे थे कि वो ओलंपिक्स तक खेले हैं ना जी, तो वो भी मल्टीपल कॉमनवेल्थ मेडलिस्ट हैं, ओलंपिक्स में भी गए थे 2008 में, एंड ही इज कोचिंग द इंडियन टीम। मतलब फील क्या होता है जब आप शूटिंग करते हो, मतलब हाउ डू यू फील, वो कैसा एक मतलब सेटिस्फेक्शन लेवल होता है? व्हेन यू आर शूटिंग पूरा एवरीथिंग एल्स यू डिस्कनेक्ट एंड इट्स जस्ट यू एंड द गन एंड द टारगेट एंड इट्स वेरी पीसफुल। तो असी अनामिका संधू जी नाल भी गलबात करते जो सारा ये मैनेज कर रहे हैं, क्योंकि भाई दविंदर सिंह सिद्धू जी और भाई सुखदीप सिंह सिद्धू जी होरां कोल इन्ना समा नहीं हुंदा कि वो इत्थे पूरा अपना टाइम जिहड़ा हैगा दे पान, तां अनामिका जी इस रेंज नूं जिहड़ा हैगा वह सारा हैंडल कर रहे हैं, मैनेज कर रहे हैं वेरी ग्रेसफुली। सत श्री अकाल जी। सत श्री अकाल जी। मैनी मैनी कॉन्ग्रेचुलेशन मैम, बहुत अच्छा एक उपराला हैगा भाई दविंदर सिंह सिद्धू गन क्लब हाउस का, यही कि बठिंडा नूं पहला कहते सीगे बठिंडे वाले असला रखने के शौकीन, आई थिंक एदो बेटर तरीका नहीं हो सकता है ना इंप्रूव करन दा। राइट, बिल्कुल जी बिल्कुल। सो आकांक्षा जी, यही भाई दविंदर सिंह सिद्धू गन क्लब जिहड़ा अपना बनया भुचो खुरद दे विच बनया होया जी, और दूसरा हैगा तुसीं ये देखो कि इत्थे शूटर्स जिहड़े आंदे ने ऑल ओवर इंडिया तो आंदे ने, है ना, कोई एज दा कोई वो नहीं हैगा, जिवें आपां कह दईए तुसीं देखो कि बड़ी यंग गर्ल जिन्होंने स्टार्ट किया अपने पेरेंट्स नूं देख के, पेरेंट्स उन्होंने रोल मॉडल ने उन्होंने स्टार्ट किया, फिर तुसीं देखो कि इत्थे 45-50 ईयर्स के भी साढ़े कोल शूटर्स आ रहे हैं, और सारिया का बड़ा अच्छा एक्सपीरियंस, वो खुद दसते हैं कि इदा की शूटिंग रेंज उन्होंने पूरी इंडिया कित भी नहीं देखी हैगी, और बड़ा अच्छा फीडबैक मिलता जी सानू, है ना, क्योंकि 25 acres बनी हुई है और साढ़ा 9 to 6 जो ओपनिंग टाइम होंगे, जदों मर्जी आके तुसी इत्थे जिहड़ा हैगा अपनी शूटिंग गेम्स नूं तुसी ट्रेनिंग लै सकदे हो, तुसी इस नूं अपना इंजॉय कर सकदे, क्योंकि ये जिहड़ी गेम है ना प्रैक्टिस दी आ, जिन्ना तुसी प्रैक्टिस करोगे है ना उन्ना ज़्यादा तुसी इहदे विच कहिंदे ने सक्सैस हुंदे जाओगे, है ना। कोई भी चीज़ है प्रैक्टिस लई हुंदी है, तो प्रैक्टिस करनी बड़ी जरूरी है, तो इहदे विच वी जिस तरह साडे कोल शूटर साडी गेम जो ने 20th नूं स्टार्ट सी, तो साडे कोल 18th 19 साडे कोल सारे शूटर्स आके अपनी ट्रेनिंग्स लै रहे सी, जिस तरह 6 days गेम्स चलनिया ने, अज जिस तरह प्राइज डिस्ट्रीब्यूशन भी है, है ना, जिस तरह साढ़े को ट्रैप डबल ट्रैप स्कीट 3 तरह की अपने को है, तो सारे जो शूटर्स ने वो अपनी गेम्स में इंजॉय करते हैं, क्योंकि जी गेम है सारी माइंड की गेम, माइंड की गेम है, बिल्कुल जी बिल्कुल जी। अच्छा अनामिका जी, मैं थोड़े तो होर जानकारी ये लेना चाहनी है कि जेडे दर्शक देख रहे हैं ना, या जेडे अपने पंजाब दे विच लोकां नूं बहुत शूटिंग का शौक है, और मैं लगता है इदों बेहतर तरीका नहीं है, है ना, सो तुसी ये जरूर दसो कि किन्नी एज तो एक जिहड़ा कोई चाहवान है शूटिंग करन दा ओह तुहाडे कोल आके इहदे विच एनरोल हो सकता है, और की उहदे क्राइटेरियाज ने, की सारा प्रोसेस है तुसी जरूर दसो जी। देखो, अगर कोई भी बच्चा अपनी शूटिंग गेम स्टार्ट करना चाहुंदा है, उहदे पेरेंट्स उहनां दे नाल आउंदे ने, तां साडे कोल इत्थे राइफल्स भी हुंदियां ने, ठीक है, साडे कोल गन्स हुंदियां ने, तां साडे कोल उह इत्थे आके प्रैक्टिस कर सकदे, उह अपना कोच पर्सनल
ਲੈਕੇ ਆਣਾ ਚਾਹੁੰਦੇ ਨੇ ਤਾਂ ਵੀ ਲੈਕੇ ਆ ਸਕਦੇ ਨੇ, ਨਹੀਂ ਤਾਂ ਸਾਡੇ ਕੋਲ ਵੀ ਕੋਚ ਹੈਗੇ ਨੇ ਦਿੱਲੀ ਤੋਂ ਨੇ, ਮਿਸਟਰ ਅਮਰਦੀਪ ਸਿੰਘ ਰਾਏ, ਸੋ ਅਸੀਂ ਉਹਨਾਂ ਦਾ ਕੰਟੈਕਟ ਨੰਬਰ ਵੀ ਤੁਹਾਨੂੰ ਦੇ ਸਕਦੇ ਹਾਂ, ਤਾਂ ਉਹ ਇੱਥੇ ਆ ਕੇ ਸਾਰਾ ਕੁਝ ਦੇਖ ਸਕਦੇ ਨੇ। ਸਾਡੀ ਪ੍ਰੋਪਰ ਟੀਮ ਇੱਥੇ ਹੁੰਦੀ ਹੈ ਜੀ, ਸੁਪਰਵਾਈਜ਼ਰ ਹੁੰਦੇ ਨੇ ਜਿਹੜੇ ਪ੍ਰੋਪਰ ਤੁਹਾਨੂੰ ਗਾਈਡ ਕਰਦੇ ਨੇ, ਕਿਉਂਕਿ ਜਦੋਂ ਤੁਹਾਨੂੰ ਸਹੀ ਗਾਈਡੈਂਸ ਮਿਲੇਗੀ ਤਾਂ ਤੁਸੀਂ ਪ੍ਰੋਪਰ ਉਸ ਚੀਜ਼ ਦੇ ਵਿੱਚ ਇਨਰੋਲ ਹੋ ਸਕਦੇ ਹੋ, ਹੈ ਨਾ। ਤਾਂ ਟਾਈਮਿੰਗਸ ਕੀ ਹੈ ਨਾਮਿਕਾ? ਟਾਈਮਿੰਗ 9 to 6 ਸਾਡੀ ਜਿਹੜੀ ਰੇਂਜ ਹੈ ਇਹ ਓਪਨ ਰਹਿੰਦੀ ਹੈ। ਹਾਂਜੀ, 9 to 6 ਵਜੇ ਤੱਕ ਓਪਨ ਰਹਿੰਦੀ ਹੈ। ਕੋਈ ਇਹਦੇ ਵਿੱਚ ਇਸ ਤਰ੍ਹਾਂ ਨਹੀਂ ਕਿ ਅੱਜ ਗੈਸਟਰ ਛੁੱਟੀ ਹੈ ਜਾਂ ਅੱਜ ਸੰਡੇ ਹੈ ਤੁਸੀਂ ਨਹੀਂ ਆਉਣਾ ਹੈਗਾ। ਤੁਸੀਂ ਕਿਸੇ ਵੀ ਦਿਨ ਆ ਕੇ ਇੱਥੇ ਤੁਸੀਂ ਆਪਣੀ ਜਿਹੜੀ ਗੇਮਸ ਨੇ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ, ਤੁਸੀਂ ਇੰਜੋਏ ਕਰ ਸਕਦੇ ਹੋ। ਹੋਰ ਸ਼ੂਟਰ ਵੀ ਨੇ ਪਿੱਛੇ, ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਮੈਚ ਜਿਹੜਾ ਹੈਗਾ ਉਹ ਬਹੁਤ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਿਹਾ ਅਤੇ ਅਸੀਂ ਮੀਨਵਾਈਲ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਨਿਊਜ਼ 'ਤੇ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਅੱਛਾ, ਪਹਿਲੀ ਵਾਰ ਆਏ ਹੋ ਇੱਥੇ ਬਠਿੰਡੇ ਇਸ ਰੇਂਜ 'ਤੇ? ਹਾਂਜੀ, ਇਸ ਰੇਂਜ 'ਤੇ ਮੈਂ ਫਸਟ ਟਾਈਮ ਆਇਆ, ਬਾਕੀ ਪਟਿਆਲੇ ਆਪਾਂ ਕਾਫੀ ਵਾਰ ਗਏ ਹਾਂ। ਅੱਛਾ ਜੀ, ਕਿੱਦਾਂ ਦਾ ਐਕਸਪੀਰੀਅੰਸ ਤੁਹਾਡਾ ਰਿਹਾ? ਬਹੁਤ ਵਧੀਆ ਰਿਹਾ ਇੱਥੇ, ਮਤਲਬ ਕਿ ਬਿਲਕੁਲ ਯੂਨੀਕ ਇਹਨਾਂ ਨੇ ਬਣਾਈ ਹੈ ਰੇਂਜ ਆਪਣੀ, ਤੇ ਮਤਲਬ ਦਿੱਲੀ ਤੋਂ ਵੀ ਮੇਰੇ ਹਿਸਾਬ ਨਾਲ ਵਧੀਆ ਹੀ ਹੈ ਫਿਲਹਾਲ। ਦਿੱਲੀ ਨਾਲੋਂ ਵੀ ਵਧੀਆ, ਬਿਲਕੁਲ ਬਿਲਕੁਲ। ਕੈਪੀਟਲ, ਨੈਸ਼ਨਲ ਕੈਪੀਟਲ 'ਚ ਜਿਹੜੀ ਰੇਂਜ ਬਣੀ ਹੋਈ ਉਹਦੇ ਨਾਲੋਂ ਵੀ ਘੈਂਟ, ਬਿਲਕੁਲ ਅਪਡੇਟ ਕੀਤੀ ਹੈ। ਅੱਛਾ ਜੇ ਰੇਟਿੰਗ ਦੀ ਗੱਲ ਕਰੀਏ ਤਾਂ ਕਿੰਨੇ ਤੁਸੀਂ ਫਿਰ ਰੇਟ ਕਿੰਨਾ ਕਰੋਗੇ? 10 out of 10 ਇਸ ਵਕਤ 10 out of 10 ਬਣਦੇ ਨੇ ਮੇਰੇ ਹਿਸਾਬ ਨਾਲ, ਪਰਸਨਲ ਓਪੀਨੀਅਨ ਹੈ ਮੇਰੇ ਜੀ। ਤੁਸੀਂ ਆਪਣੇ ਬਾਰੇ ਦੱਸੋ ਜੀ, ਤੁਸੀਂ ਮਤਲਬ ਕਿਹੜਾ ਤੁਸੀਂ ਸ਼ੂਟਿੰਗ ਕਰਦੇ, ਟ੍ਰੈਪ ਸ਼ੂਟਿੰਗ, ਡਬਲ ਟ੍ਰੈਪ ਜਾਂ ਸਟੀਟ ਕਰਦੇ ਹੋ, ਕਿਹੜੀ ਸ਼ੂਟ? ਮੈਂ ਟ੍ਰੈਪ ਸ਼ੂਟਰ ਹੈਗਾ, ਲਾਸਟ 7 years ਤੋਂ ਮੈਂ ਨੈਸ਼ਨਲ ਪਲੇਅਰ ਹੈਗਾ। ਅੱਛਾ ਜੀ, ਹਾਂਜੀ ਹਾਂਜੀ, ਤੇ ਟ੍ਰੈਪ ਸ਼ੂਟਿੰਗ 'ਚ ਹੈਗਾ ਮੈਂ ਜੀ ਜੀ ਹਾਂਜੀ। ਅੱਛਾ, ਪੰਜਾਬੀਆਂ ਦੇ ਤਾਂ ਵੈਸੇ ਹੈ ਨਾ ਜਿਹਨੂੰ ਕਹਿੰਦੇ ਵੀ ਖੂਨ ਦੇ ਵਿੱਚ ਹੀ ਹੁੰਦਾ ਇਹ, ਹੈ ਨਾ, ਅਸਲਾ ਰੱਖਣਾ ਜਾਂ ਸ਼ੂਟਿੰਗ ਵਗੈਰਾ, ਉਹਨਾਂ ਨੇ ਤਾਂ ਖੂਨ ਦੇ ਵਿੱਚ ਹੀ ਗੱਲਾਂ ਨੇ, ਅਤੇ ਤੁਸੀਂ ਇਹ ਦੱਸੋ ਵੀ ਤੁਹਾਨੂੰ ਕਿਵੇਂ ਇੰਸਪੀਰੇਸ਼ਨ ਹੋਈ ਸ਼ੂਟਿੰਗ ਵੱਲ ਆਉਣ ਦੀ? ਨਹੀਂ ਦੇਖੋ ਜੀ, ਇਸ ਅਸਲਾ ਰੱਖਣਾ ਇੱਕ ਡਿਫਰੈਂਟ ਚੀਜ਼ ਹੈਗੀ ਹੈ, ਲੇਕਿਨ ਇੱਕ ਸਪੋਰਟਸ ਪਰਸਨ ਦੇ ਅਕੋਰਡਿੰਗ ਜਿਹਦੇ ਅੰਦਰ ਸਪੋਰਟਸ ਹੈਗਾ ਉਹੀ ਮਤਲਬ ਕੀ ਆਏਗਾ ਇਹਦੇ 'ਚ, ਐਂ ਨਹੀਂ ਕਿ ਅਸਲੇ ਦਾ ਸ਼ੌਕੀਨ ਅਤੇ ਸ਼ੂਟਿੰਗ ਕਰ ਲੇਗਾ, ਉਹ ਬਿਲਕੁਲ ਡਿਫਰੈਂਟ। ਐਜ਼ ਅ ਸਪੋਰਟ ਤੁਸੀਂ ਜਦੋਂ ਇਸ ਚੀਜ਼ ਨੂੰ ਅਡੋਪਟ ਕੀਤਾ ਤਾਂ ਉਹ ਫਿਰ ਮਤਲਬ ਕਦੋਂ ਤੁਸੀਂ ਸ਼ੁਰੂਆਤ ਕੀਤੀ? ਦੇਖੋ, ਸ਼ੌਕ ਤਾਂ ਬਚਪਨ ਤੋਂ ਹੀ ਸੀਗਾ, ਲੇਕਿਨ ਕਿੰਨੇ ਸਾਲ ਤੋਂ ਤੁਸੀਂ ਕਰ ਰਹੇ ਹੋ ਸ਼ੂਟਿੰਗ? ਮੈਨੂੰ ਲਾਸਟ 7 years ਹੋ ਗਏ। 7 years ਤੋਂ ਸਟ੍ਰੈਪ ਸ਼ੂਟਿੰਗ ਕਰ ਰਹੇ ਹੋ, ਔਰ ਤੁਸੀਂ ਨੈਸ਼ਨਲ ਕਦੋਂ ਖੇਲੇ ਫਿਰ? ਕਿੰਨੀ ਵਾਰ ਖੇਲ ਚੁੱਕੇ ਹੋ? ਮੈਂ 7 national ਖੇਲ ਚੁੱਕਿਆ ਹਾਂ। 7 nationals ਯੂ ਹੈਵ ਗੋਟ? ਹਾਂਜੀ, ਬਿਲਕੁਲ, ਐਗਜ਼ੈਕਟਲੀ। ਹੁਣ ਇਹ ਵੀ ਮਤਲਬ ਇਦੋਂ ਬਾਅਦ ਵੀ ਤਿਆਰੀ ਹੈ? ਫਿਰ ਤਿਆਰੀ ਹੈ ਨੈਸ਼ਨਲ ਦੀ, ਬਿਲਕੁਲ। ਸੈਵਨ ਟਾਈਮਸ ਨੈਸ਼ਨਲ ਖੇਲ ਚੁੱਕੇ ਨੇ ਮਨਦੀਪ ਸਿੰਘ ਜੀ, ਔਰ ਸਾਨੂੰ ਵੀ ਬੜਾ ਅੱਛਾ ਲੱਗਦਾ ਜਦੋਂ ਅਸੀਂ ਅਜਿਹੇ ਸਪੋਰਟਸ ਪਰਸਨ ਦੇ ਨਾਲ ਇੰਟਰੈਕਟ ਕਰਦੇ ਹਾਂ ਔਰ ਤੁਹਾਨੂੰ ਵੀ ਉਹਨਾਂ ਦੇ ਰੂਬਰੂ ਕਰਵਾਉਂਦੇ ਹਾਂ। ਅਤੇ ਇਸ ਤੋਂ ਇਲਾਵਾ ਕਿੱਥੇ ਕਿੱਥੇ ਸਰ ਖੇਲ ਚੁੱਕੇ ਹੋ ਤੁਸੀਂ? ਮੈਂ ਜੈਪੁਰ, ਦਿੱਲੀ, ਪਟਿਆਲੇ ਨੇ, ਇੱਥੇ ਬਠਿੰਡਾ, ਅਤੇ ਆਪਣਾ ਜਿੱਥੇ ਜਿੱਥੇ ਵੀ ਆਪਣਾ ਹੁੰਦਾ ਨੈਸ਼ਨਲ, ਆਪਣਾ ਇੰਡੀਆ ਦਾ ਸਾਰਾ ਕਵਰ ਕੀਤਾ। ਅੱਛਾ, ਵੈਸੇ ਕੀ ਕਰਦੇ ਹੋ ਜੀ ਵੈਸੇ ਐਜ਼ ਪ੍ਰੋਫੈਸ਼ਨ? ਵੈਸੇ ਬਿਜ਼ਨਸ ਹੈਗਾ ਆਪਣਾ। ਅੱਛਾ, ਬਿਜ਼ਨਸ, ਹਾਂਜੀ ਹਾਂਜੀ। ਸਾਡੇ ਨਾਲ ਹੋਰ ਸ਼ੂਟਰਸ ਵੀ ਨੇ ਜੋ ਕਿ ਸ਼ਿਮਲਾ ਤੋਂ ਆਏ ਆ, ਹਿਮਾਚਲ ਪ੍ਰਦੇਸ਼ ਤੋਂ ਆਏ ਆ, ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ। ਸਾਡੇ ਨਾਲ ਮਿਸਟਰ ਸਤੀਸ਼ ਜੀ ਨੇ ਹੁਣੀ ਮੈਚ ਜਿਹੜਾ ਹੈਗਾ ਆਪਣਾ ਲਗਾ ਕੇ ਆਏ ਨੇ ਉਹ। ਨਮਸਕਾਰ ਸਰ। ਨਮਸਕਾਰ ਮੈਮ। ਕਿੰਨੇ ਸਮੇਂ ਤੋਂ ਤੁਸੀਂ ਸ਼ੂਟਿੰਗ ਕਰ ਰਹੇ ਹੋ? ਮੈਮ ਹਾਰਡਲੀ 1-2 years ਸੀ ਹੀ। 1-2 years ਸੀ। ਅੱਛਾ, ਤੁਹਾਡੀ ਏਜ ਕਿੰਨੀ ਹੈ? 37। 37 ਤਾਂ ਤੁਸੀਂ ਹੁਣ ਰੀਸੈਂਟਲੀ ਮਤਲਬ 2 years ਪਹਿਲਾਂ ਸਟਾਰਟ ਕੀਤੀ? 2 years ਪਹਿਲੇ ਹੀ ਸ਼ੁਰੂ ਕੀਤਾ ਹੈ ਮੈਮ ਅਭੀ। ਓਕੇ ਓਕੇ, ਮਤਲਬ ਇਹ ਐਸੀ ਸਪੋਰਟ ਹੈ ਕਿ ਇਸ ਕੋ ਕਭੀ ਵੀ ਆਪ ਸ਼ੁਰੂ ਕਰ ਸਕਦੇ ਹੋ? ਕਭੀ ਵੀ ਸ਼ੁਰੂ ਕਰ ਸਕਦੇ ਹੋ। ਕਿਸੇ ਵੀ ਏਜ ਪੇ ਕੋਈ ਉਹ ਨਹੀਂ ਹੈ ਮੈਮ, ਇਹ ਸ਼ੌਕ ਹੈ, ਮਤਲਬ ਕਿ ਭਈ ਆਪ ਕਭੀ ਆਪਕਾ ਇਹ ਸ਼ੌਕ ਕਭੀ ਵੀ ਜਾ। ਕਿਵੇਂ ਡਿਵੈਲਪ ਹੋਇਆ ਤੁਹਾਨੂੰ ਇਸ ਸਪੋਰਟ ਦਾ, ਸ਼ੂਟਿੰਗ ਸਪੋਰਟ ਦਾ ਸ਼ੌਕ? ਮੈਮ ਐਸੇ ਹੀ ਮੈਂ 1-2 times ਗਿਆ ਥਾ ਦੇਖਨੇ, ਨਾਹਨ, ਨਾਹਨ ਮੈਂ ਸਟੇਟ ਹੁੰਦਾ ਥਾ ਤੋ ਵਹਾਂ ਗਿਆ ਥਾ ਮੈਂ ਦੇਖਨੇ, ਤੋ ਵਹਾਂ ਸੇ ਵੈਸੇ ਹੀ ਸ਼ੌਕ ਜਾਗ ਗਿਆ। ਜੀ ਜੀ ਜੀ। ਅੱਛਾ, ਤੁਸੀਂ ਯੂ ਹੈਵ ਕਮ ਆਲ ਦਾ ਵੇ ਫਰੋਮ ਸ਼ਿਮਲਾ, ਹੈ ਨਾ, ਹਿਮਾਚਲ ਤੋਂ ਆਏ ਹੋ, ਲਗਭਗ 450 kilometers ਦੂਰ ਹੈ ਸ਼ਿਮਲਾ, ਔਰ ਉੱਥੇ ਮਤਲਬ ਕਿਸ ਤਰ੍ਹਾਂ ਦਾ ਪ੍ਰਬੰਧ ਹੈ ਇਸ ਤਰ੍ਹਾਂ ਦੀਆਂ ਗੇਮਸ ਦੇ ਲਈ, ਉੱਥੇ ਕੀ ਪ੍ਰਬੰਧ ਹੈ? ਮੈਮ ਵਹਾਂ ਕੁਛ ਵੀ ਨਹੀਂ ਹੈ, ਤਭੀ ਹਮਾਰੇ ਕੋ ਸ਼ਿਮਲਾ ਸੇ ਬਾਹਰ ਆਉਣਾ ਪੜਤਾ ਹੈ। ਅੱਛਾ ਜੀ ਜੀ। ਨਾ ਹਮਾਰੇ ਪਾਸ ਕੋਈ ਰੇਂਜ ਹੈ ਨਾ। ਸ਼ਿਮਲਾ ਇੱਕ ਇਹੋ ਜਿਹੀ ਜਗ੍ਹਾ ਜਿਸ ਨੂੰ ਹਰ ਕੋਈ ਆਪਦਾ ਲਾਈਫ ਟਾਈਮ 'ਚ ਦੇਖਣਾ ਚਾਹੁੰਦਾ ਹੈ, ਹੈ ਨਾ, ਇੱਕ ਵਾਰੀ ਵਿਜ਼ਿਟ ਕਰਨਾ ਚਾਹੁੰਦਾ, ਔਰ ਤੁਸੀਂ ਕਹਿ ਰਹੇ ਹੋ ਕਿ ਸ਼ਿਮਲਾ ਦੇ ਵਿੱਚ ਹੀ ਤੁਹਾਡੇ ਕੋਲ ਉੱਥੇ ਰੇਂਜ ਨਹੀਂ ਹੈ? ਨਹੀਂ ਨਹੀਂ ਜੀ, ਵਹਾਂ ਪੇ ਕੋਈ ਇਸ ਤਰ੍ਹਾਂ ਦਾ ਕੋਈ ਇੰਤਜ਼ਾਮ ਨਹੀਂ ਹੈ, ਕੋਈ ਪ੍ਰਬੰਧ ਪੂਰੇ ਹਿਮਾਚਲ ਦੇ ਵਿੱਚ ਹੀ ਰੇਂਜ ਨਹੀਂ ਹੈ? ਨਹੀਂ ਹੈ ਮੈਮ, ਕਹੀਂ ਨਹੀਂ। ਤਾਂ ਫਿਰ ਤੁਸੀਂ ਮਤਲਬ ਘੱਟੋ ਘੱਟ ਕਿੱਥੇ ਖੇਡਣ ਜਾਂਦੇ ਹੁੰਦੇ ਹੋ? ਮੈਮ ਐਸੀ ਜੈਸੇ ਅਭੀ ਆਜ ਯਹਾਂ ਆਏ, ਤੋ ਇਸੀ ਤਰ੍ਹਾਂ ਸੇ ਮਤਲਬ 400-500 ਕਿਲੋਮੀਟਰ ਜਾਣਾ ਪੜਦਾ ਹੈ? ਜੀ 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 ਮੈਮ। ਤਾਂ ਫਿਰ ਉਹ ਇਹ ਮਤਲਬ ਇਹ ਖੇਡਣ ਵਾਸਤੇ ਗੇਮ ਨੂੰ ਉਹ ਕਿਹੜੀਆਂ ਕਿਹੜੀਆਂ ਗੱਲਾਂ ਦੇ ਨਾਲ ਤੁਹਾਨੂੰ ਕੰਪਰੋਮਾਈਜ਼ ਕਰਨਾ ਪੈਂਦਾ, ਕਿਉਂਕਿ ਤੁਸੀਂ ਵਰਕਿੰਗ ਵੀ ਹੋ, ਤੁਸੀਂ ਦੱਸ ਰਹੇ ਸੀਗੇ, ਕੀ ਕੰਮ ਕਰਦੇ ਹੋ ਤੁਸੀਂ? ਮੈਮ ਮੈਂ ਜੋਬ ਕਰਦਾ ਹਾਂ। ਕਿਹੜੇ ਡਿਪਾਰਟਮੈਂਟ ਦੇ ਵਿੱਚ? ਐਜੂਕੇਸ਼ਨ ਵਿੱਚ। ਐਜੂਕੇਸ਼ਨ ਡਿਪਾਰਟਮੈਂਟ,
जो है वो खुद मैनेज करवा देता है। नमस्कार सर। नमस्कार जी, अपने बारे दसो सर। तुसी नाम मुकेश है जी, मुकेश बंदरा। अच्छा जी। मैं हिमाचल शिमला डिस्ट्रिक्ट रोडू से हूँ। अच्छा जी। रोडू से लगभग यहाँ शिमला से कोई 100 किलोमीटर आगे। जी जी जी। हाँ जी। तो मैं अभी पिछले 2-3 साल से खेल रहा हूँ। अच्छा जी। हाँ जी, मेरी उम्र लगभग 48 है। ओके। हाँ जी हाँ जी। क्या बात। बस ये शौक जग गया, लेकिन हमारे स्टेट में जो है ना शूटिंग रेंज नहीं है, जिससे हमारे को जो है ना काफी किन्ने मतलब शूटर्स ने हिमाचल दे विच मतलब काफी शूटर तो काफी ट्रैप शूटिंग काफी है, लेकिन प्रॉब्लम ये है कि हमारे पास रेंज नहीं है। हम यही सरकार से चाहते हैं कि हमारे लिए रेंज उपलब्ध हो, जिससे हमें जो है ना अच्छा फायदा मिले और सभी जो है ना अच्छा खेले। ਤੁਸੀਂ ਬਠਿੰਡਾ ਪਹਿਲੀ ਵਾਰ ਆਏ ਹੋ? ਪਹਿਲੀ ਵਾਰੀ, ਫਸਟ ਟਾਈਮ ਹੈ। ਕਿਵੇਂ ਲੱਗਿਆ ਤੁਹਾਨੂੰ ਇੱਥੇ ਆ ਕੇ ਇਸ ਭਾਈ ਦਵਿੰਦਰ ਸਿੰਘ ਸਿੱਧੂ ਗਨ ਕਲੱਬ ਹਾਊਸ ਦੇ? ਬਹੁਤ ਅੱਛਾ ਜੀ, ਬਹੁਤ ਅੱਛਾ, ਵਰਲਡ ਕਲਾਸ ਗਨ ਰੇਂਜ ਹੈ ਇਹ, ਬਹੁਤ ਅੱਛਾ ਲੱਗ ਰਿਹਾ। ਦਿੱਲੀ ਸੇ ਵੀ ਅੱਛਾ ਹੈ ਜੀ, ਦਿੱਲੀ ਵੀ ਗਏ ਥੇ ਲਾਸਟ ਈਅਰ। ਦਿੱਲੀ ਨਾਲੋਂ ਵੀ ਵਧੀਆ ਹੈ, ਬਿਲਕੁਲ ਜੀ, ਦਿੱਲੀ ਸੇ ਜ਼ਿਆਦਾ ਅੱਛਾ ਹੈ ਇਹ। ਦਿੱਲੀ ਸੇ ਜ਼ਿਆਦਾ? ਹਾਂ ਜੀ। ਆਪ ਵੀ ਕਰਤੀ ਹੈ ਮੈਮ ਸ਼ੂਟਿੰਗ? ਨਹੀਂ ਨਹੀਂ ਮੈਂ ਨਹੀਂ ਕਰਤੀ। ਆਪ ਬਸ ਇੰਜੋਏ ਕਰਤੀ ਹੈ, ਦੇਖਤੀ ਹੈ? ਮੇਰੇ ਹਸਬੰਡ ਹੀ ਹੈ, ਮੈਂ ਇਨਕੇ ਸਾਥ ਆਈ ਹੂੰ। ਹਾਂ ਜੀ, ਮੈਂ ਬਸ ਇਨਕੇ ਸਾਥ ਜਾਤੀ ਹੂੰ, ਕਹੀਂ ਵੀ ਹੋ। ਹਾਂ ਜੀ। ਅੱਛਾ, ਇਸ ਏਜ ਦੇ ਵਿੱਚ ਸਰ ਤੁਹਾਨੂੰ ਕਿਵੇਂ ਡਿਵੈਲਪ ਹੋਇਆ ਤੁਹਾਡੇ ਵਿੱਚ ਇੰਟਰਸਟ ਸ਼ੂਟਿੰਗ ਨੂੰ ਲੈ ਕੇ? ਬਸ ਐਸੇ ਹੀ ਸ਼ੌਕ ਜਗ ਗਿਆ। ਅੱਛਾ ਜੀ। ਵੈਸੇ ਘਰ ਮੈਂ ਤਾਂ ਖੇਲਤੇ ਥੋੜਾ ਬਹੁਤ ਜੋ ਨੇ ਸ਼ਿਕਾਰ ਸ਼ਕੂਰ ਕਰ ਦਿਆ। ਹਾਂ ਹਾਂ ਜੀ ਹਾਂ ਜੀ। ਅੱਛਾ, ਉੱਥੇ ਸ਼ਿਕਾਰ ਵਗੈਰਾ ਕਰਦੇ? ਬਿਲਕੁਲ ਬਿਲਕੁਲ ਬਿਲਕੁਲ। ਤਾਂ ਸਾਡੇ ਨਾਲ ਹੀ ਸ਼ਿਮਲਾ ਤੋਂ ਸਾਡੇ ਨਾਲ ਸ਼ੂਟਰਸ ਸੀਗੇ, ਉਹ ਦੇਖੋ ਪੂਰਾ ਪਰਿਵਾਰ, ਹਸਬੈਂਡ ਵਾਈਫ ਆਏ ਹੋਏ ਨੇ, ਸਰ ਆਏ ਹੋਏ ਨੇ, ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੇ ਨੇ, ਔਰ ਟ੍ਰੈਪ ਸ਼ੂਟਿੰਗ ਦਾ ਇਹਨਾਂ ਨੂੰ ਇੰਟਰਸਟ ਜਿਹੜਾ ਹੈਗਾ ਉਹ ਡਿਵੈਲਪ ਹੋਇਆ। ਪਰ ਇੱਕ ਬੜੀ ਹੀ ਜਿਹਨੂੰ ਕਹਿੰਦੇ ਕਿ ਕੰਸਰਨ ਇਹਨਾਂ ਨੇ ਜਤਾਇਆ ਕਿ ਜਿੱਥੋਂ ਦੇ ਰਹਿਣ ਵਾਲੇ ਨੇ, ਜਿੱਥੋਂ ਦੇ ਨੇਟਿਵ ਨੇ, ਉੱਥੇ ਰੇਂਜ ਜਿਹੜੀ ਹੈਗੀ ਉਹ ਨਹੀਂ ਇਹਨਾਂ ਦੇ ਕੋਲ ਅਵੇਲੇਬਲ ਹੈਗੀ। ਔਰ ਇਹ ਸ਼ੂਟਰਸ ਨੇ ਦੇਖੋ, ਸ਼ੂਟਰਸ ਚਾਹੇ ਇਹਨਾਂ ਦੀ ਏਜ ਅਸੀਂ ਕਹਿ ਸਕਦੇ ਹਾਂ ਕਿ ਹੁਣ ਐਡਵਾਂਸ ਏਜਿਸ ਦੇ ਵਿੱਚ ਜਾ ਰਹੇ ਨੇ, ਪਰ ਇਸ ਉਮਰ ਦੇ ਵਿੱਚ ਆ ਕੇ ਵੀ ਇਸ ਸ਼ੌਕ ਨੂੰ ਕਰਨਾ ਜਾਂ ਫਿਰ ਇਸ ਸਪੋਰਟ ਨੂੰ ਅਡੋਪਟ ਕਰਨਾ, ਉਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਹੈ। ਪਰ ਇਹਨਾਂ ਦੀ ਸਰਕਾਰ ਵੱਲੋਂ ਹਜੇ ਤੱਕ ਜਿਹੜੀ ਰੇਂਜ ਹੈਗੀ ਹੈ ਟ੍ਰੈਪ ਸ਼ੂਟਿੰਗ ਦੀ, ਉਹ ਨਹੀਂ ਮੁਹੱਈਆ ਕਰਾਏਗੀ। ਤਾਂ ਇੰਨੀ ਦੂਰੋਂ ਤੁਸੀਂ ਦੇਖੋ ਕਿ ਬਠਿੰਡਾ ਇਹ ਭਾਈ ਦਵਿੰਦਰ ਸਿੰਘ ਸਿੱਧੂ ਕਲੱਬ ਹਾਊਸ ਦੇ ਵਿੱਚ ਪਹੁੰਚੇ ਹੈ। ਅੱਜ ਇੱਥੇ ਨੌਰਥ ਜ਼ੋਨ ਦੀਆਂ ਜਿਹੜੀਆਂ ਗੇਮਸ ਹੈ ਉਹ ਹੋ ਰਹੀਆਂ ਨੇ, ਔਰ ਇੱਥੇ ਜਿਹੜੇ ਸ਼ੂਟਰਸ ਨੇ ਉਹ ਨੈਸ਼ਨਲ ਲੈਵਲ ਦੇ ਸ਼ੂਟਰਸ ਵੀ ਆਏ ਹੋਏ ਨੇ, ਏਸ਼ੀਅਨ ਗੇਮਸ ਜੋ ਖੇਲੇ ਨੇ ਉਹ ਵੀ ਆਏ ਹੋਏ ਨੇ, ਈਵਨ ਓਲੰਪਿਕਸ ਦੇ ਵਿੱਚ ਜਿਹੜੇ ਖੇਡੇ ਹੋਏ ਨੇ ਉਹ ਵੀ ਸ਼ੂਟਰਸ ਇੱਥੇ ਪਹੁੰਚੇ ਹੋਏ ਨੇ। ਔਰ ਇੱਕ ਬਹੁਤ ਅੱਛਾ ਉਪਰਾਲਾ ਇਹ ਭਾਈ ਦਵਿੰਦਰ ਸਿੰਘ ਸਿੱਧੂ ਕਲੱਬ ਹਾਊਸ ਦਾ, ਜਿਨ੍ਹਾਂ ਨੇ ਬਠਿੰਡਾ ਦੇ ਪੁੱਚੋ ਖੁਰਦ ਵਿਖੇ ਇਹ ਸ਼ੂਟਿੰਗ ਰੇਂਜ ਜਿਹੜੀ ਹੈ ਬਣਾਈ ਹੈ। ਔਰ ਇਹ ਜਿਹੜੀ ਰਿਪੋਰਟ ਹੈ ਤੁਹਾਡੇ ਤੱਕ ਲੈ ਕੇ ਆਉਂਦਾ ਇਹੀ ਮਕਸਦ ਸੀਗਾ ਕਿ ਜਿਹੜੇ ਬੱਚੇ ਨੇ ਚਾਹਵਾਨ ਨੇ ਸ਼ੂਟਿੰਗ ਕਰਨ ਦੇ, ਤਾਂ ਉਹਨਾਂ ਨੂੰ ਇਸ ਸਪੋਰਟ ਵੱਲ ਆਉਣਾ ਚਾਹੀਦਾ, ਇਸ ਗੇਮ ਦੇ ਵੱਲ ਆਉਣਾ ਚਾਹੀਦਾ। ਇਹ ਗੇਮ ਜਿੰਨੀ ਰੋਇਲ ਹੈ ਉਨਾ ਹੀ ਇਹਦੇ ਵਿੱਚ ਸਕੋਪ ਵੀ ਹੈ, ਬੱਚੇ ਬਹੁਤ ਆਪਣੇ ਆਪ ਨੂੰ ਬਹੁਤ ਥਾਵਾਂ 'ਤੇ ਜਾ ਕੇ ਰੀਪ੍ਰਜੈਂਟ ਕਰ ਸਕਦੇ ਨੇ, ਔਰ ਕਾਫੀ ਅੱਛਾ ਲਾਈਫ ਦੇ ਵਿੱਚ ਜਿਹੜਾ ਹੈਗਾ ਗਰੋ ਕਰਨ ਦਾ ਸਕੋਪ ਵੀ ਨੌਜਵਾਨਾਂ ਦੇ ਲਈ ਹੈ।